ਜੋਤ ਸੁੱਖਾ ਰਾਜੂ ਪਿੰਡ ਨਿਊਜ਼ੀਲੈਂਡ ਤੋਂ ਤੇ ਨਾਲ ਅਮਨ ਟਿਵਾਣਾ ਯੂਐਸਏ ਤੰਨਾ ਅਠਵਾਲ ਮਿੰਟੂ ਆਸਟ੍ਰੇਲੀਆ ਤੇ ਜੰਗ ਪਹਿਲਵਾਨ ਉਹਨਾਂ ਦੀ ਇਹ ਖੇਡ ਕਲੱਬ ਜੱਗੂ ਉਹਨਾਂ ਦਾ ਵੱਡਾ ਰੋਲ ਧੰਨਵਾਦ ਇਹਨਾਂ ਸਾਰੀਆਂ ਸ਼ਖਸੀਅਤਾਂ ਦੇ ਜਿਨ੍ਹਾਂ ਦੀ ਟੀਮ ਇਸ ਮੈਦਾਨ ਦੇ ਅੰਦਰ ਵੱਡਾ ਪ੍ਰਦਰਸ਼ਨ ਔਰ ਦੂਸਰੇ ਪਾਸੇ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲਾ ਦੇ ਜਿੰਨੇ ਵੀ ਪ੍ਰਮੋਟਰ ਨੇ ਗੁਰਮੀਤ ਮੰਡਵਾਲਾ ਕੈਲਗਰੀ ਸ਼ਿੰਦਾ ਅਚਰਵਾਲ ਬੀਸੀ ਫੈਡਰੇਸ਼ਨ ਦੇ ਪ੍ਰਧਾਨ ਤੇ ਗੋਨੀ ਜੀ ਵਿਨੀਪੈਗ ਦੋ ਤੇ ਨਾਲ ਰਾਜ ਬਦਨੀ ਜੀ ਉਹਨਾਂ ਦੀ ਖੇਡ ਕਲੱਬ ਪਹਿਲੀ ਰੇਡ ਚੱਲ ਵੀ ਅਮਰੀਕ ਸਿੰਘ ਲਿਆ ਗਰਮੀ ਨੌਜਵਾਨਾਂ ਉਧਰ ਪਾਸੇ ਤੁੰਨੇ ਚਿਮਿਆਰੇ ਨਾਲ ਕੋਈ ਨੁਕਤਾ ਸਾਂਝਾ ਕੀਤਾ ਗਿਆ ਉਹ ਵੀ ਬਿਆਨ ਹੋਊਗਾ ਲਓ ਅਮਰੀਕ ਗੱਲ ਕਰਦਾ ਹੋਇਆ ਨੁਕਤਾ ਕਹਿੰਦਾ ਗਿੰਨੀ ਪੈਗ ਤੇ ਵਿਨੀ ਪੈਗ ਦੇ ਵਿੱਚ ਬੜਾ ਫਰਕ ਹੈ ਬਸ ਇਹੀ ਚੱਕਰ ਸੀਗਾ ਲਓ ਲਿਖਣਾ ਵਿਨੀ ਪੈਗ ਸੀ ਲਿਖਿਆ ਗਿੰਨੀ ਪੈਗ ਗਿਆ ਕਿਸੇ ਤੋਂ ਆਓ ਸਾਹਮਣੇ ਦੇਖਾਂਗੇ ਜੇ ਕਿਤੇ ਮਿੰਨੀ ਪੈਗ ਗੁੱਤਾ ਫਿਰ ਗੱਲਾਂ ਹੋਰ ਸਨ ਲਓ ਮਨਵੀਰ ਇੱਕ ਤਕੜੇ ਨੰਬਰ ਦਾ ਵਾਧਾ ਕਰ ਗਿਆ ਆ ਕਹਿੰਦੇ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਗੱਜਣ ਜੀ ਨੇ ਪੜ ਕੇ ਰੇਡ ਪਾਈ ਹੈ ਉਧਰ ਚਾਰਲੇ ਦੇ ਚਾਰੇ ਦੇ ਚਾਰੇ ਤਿਆਰ ਨੇ ਇਹ ਕਹਿੰਦੇ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂਵਾਲਾ ਦੀ ਟੀਮ ਰਜਿੰਦਰ ਬੈਲੀ ਨੂੰ ਕਹਿੰਦੇ ਮਾਣ ਹੈ ਆਪਣੀ ਟੀਮ ਦੇ ਉੱਪਰ ਲਓ ਗੱਜਣ ਰੇਡ ਪਾਉਣ ਦੇ ਲਈ ਵਧਿਆ ਹੋਇਆ ਉਧਰ ਚਾਰ ਪੱਟਾਂ ਦੇ ਥਾਪੀਆਂ ਮਾਰਦੇ ਆ ਆਪਾਂ ਦੇਖਾਂਗੇ ਮਦਨ ਦਾ ਕੀ ਫੈਸਲਾ ਹੋਵੇਗਾ ਲਓ ਚਾਰਾਂ ਦੇ ਵਿੱਚੋਂ ਕਹਿੰਦੇ ਇੱਕ ਨੇ ਟਰਾਈ ਕੀਤੀ ਨੰਬਰ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੈਂਦੀ ਰੇਡ ਮੱਖਣ ਜੀ ਕਰੋ ਗੱਲ ਮੁੰਡੇ ਦੀ ਲਓ ਇਧਰ ਜੁੜੀਏ ਫਿਰ ਖੇਡ ਮੈਦਾਨ ਦੇ ਨਾਲ ਸਾਰੇ ਪ੍ਰਮੋਟਰਾਂ ਦਾ ਧੰਨਵਾਦ ਹੈ ਕਿਉਂਕਿ ਵੱਡੇ ਪ੍ਰਮੋਟਰ ਦੇ ਪਿੰਡ ਰੌਣਕਾਂ ਨੇ ਪ੍ਰਮੋਟਰ ਵੀ ਵੱਡੇ ਆਉਣਗੇ ਜ਼ਿਕਰ ਵੀ ਜ਼ਰੂਰੀ ਹੈ ਪਰ ਕਬੱਡੀ ਦਾ ਜ਼ਿਕਰ ਸਭ ਤੋਂ ਵੱਧ ਜ਼ਰੂਰੀ ਹੈ ਖੇਡ ਕਬੱਡੀ ਇਸ ਚੀਜ਼ ਦੀ ਮੰਗ ਕਰਦੀ ਹੈ ਲਓ ਇਧਰ ਇਹ ਆ ਨੌਜਵਾਨ ਅਠਵਾਲਾ ਵਾਲਾ ਸੁੱਖ ਬਹੁਤ ਵਧੀਆ ਜਾਨਦਾਰ ਕਬੱਡੀ ਖਿਡਾਰੀ ਲਾਜਫਾ ਨੰਬਰ ਜੁੜਦੇ ਵਿੱਚ ਕਾਮਯਾਬ ਹੁੰਦਾ ਹੋਇਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਕਿ ਪਿੰਡੇ ਚਮਕਣ ਮੁੰਡਿਆਂ ਦੇ ਸਭ ਨੇ ਜ਼ੋਰ ਇੱਕ ਦਾ ਲਾਉਣਾ ਹੁੰਦੇ ਭੇੜ ਨੇ ਸਾਨਾਂ ਦੇ ਖੜ ਕੇ ਵੇਖੂ ਕੁੱਲ ਜ਼ਮਾਨਾ ਕੱਪ ਉਹੀਓ ਜਿੱਤਣਗੇ ਜਿਨ੍ਹਾਂ ਦੇ ਟੌਲਿਆਂ ਪੱਟਾਂ ਵਿੱਚ ਜਾਂਦਾ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਟੌਲਿਆਂ ਪੱਟਾਂ ਵਿੱਚ ਜਾਂਦਾ ਲਓ ਗੋਲਡੀ ਦਾ ਕਹਿੰਦੇ ਝਲੀਰ ਪਿੰਡ ਹੈ ਜ਼ਿਲ੍ਹਾ ਮਾਨਸਾ ਹੈ ਬੜੀ ਦੂਰ ਤੋਂ ਆਇਆ ਹੈ ਲਓ ਸਾਹਮਣੇ ਦੇਖਾਂਗੇ ਕਾਕਾ ਇੱਕ ਵਧੀਆ ਨੰਬਰ ਦਾ ਵਾਧਾ ਕਰਦਾ ਹੋਇਆ ਨੌਜਵਾਨ ਆਪਣੀ ਟੀਮ ਦੇ ਲਈ ਕੋਈ ਕਹਿੰਦਾ ਦਾ ਫੱਕੜ ਝਾਂਡਾ ਪਿੰਡ ਹੈ ਕਹਿੰਦੇ ਦਾ ਬੱਲੀ ਨਾਮ ਹੈ ਇਹ ਕਹਿੰਦੇ ਬਾਬਾ ਵਲੈਤ ਸ਼ਾਹ ਦੀ ਧਰਤੀ ਤੋਂ ਚੱਲ ਕੇ ਆਇਆ ਫੱਕੜ ਝਾਂਡਾ ਪਿੰਡ ਕਿਤੇ ਝੰਡਾ ਕਲਾ ਕਿਤੇ ਸਰਦੂਲਗੜ੍ਹ ਦੀ ਧਰਤੀ ਲਓ ਚੀਮਿਆਂ ਵਾਲੇ ਲੱਖੇ ਨੇ ਟਰਾਈ ਕੀਤੀ ਨੰਬਰ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਆ ਜਾਮਾ ਰਾਏ ਦੀ ਧਰਤੀ ਦਾ ਕਹਿੰਦੇ ਰੇਸ਼ਮ ਮੱਖਣ ਜੀ ਕਰੋ ਗੱਲ ਮੁੰਡੇ ਦੀ ਰੇਸ਼ਮ ਜਾਮਾ ਰਾਏ ਫਤਿਹਾਬਾਦ ਚੋਲਾ ਸਾਹਿਬ ਦੇ ਲਾਗੇ ਪਿੰਡ ਹੈ ਜਾਮਾ ਰਾਏ ਰਾਜ ਹੋਣੀ ਮੇਲਾ ਕਰੋ ਦਿੰਦੇ ਡਿਟਰੋਇਟ ਦੇ ਵਿੱਚ ਲਾ ਉਹਨਾਂ ਦੇ ਪਿੰਡ ਦਾ ਕਬੱਡੀ ਖਿਡਾਰੀ ਰੇਸ਼ਮ ਜਾਮਾ ਰਾਏ ਨੀਟੂ ਕੰਗ ਮਾਣ ਨਾਲ ਕਹਿੰਦਾ ਵੀ ਇਹਨੂੰ ਵੀ ਕੈਨੇਡਾ ਸੈੱਟ ਕਰਤਾ ਆਪਾਂ ਵੱਡਾ ਰੋਲ ਲਾ ਇਧਰ ਮੈਦਾਨ ਦੇ ਵਿੱਚ ਰੇਸ਼ਮ ਦੀ ਬਈ ਕਬੱਡੀ ਦੇ ਗੱਲ ਦੇਖਦਾ ਵੀ ਰੇਸ਼ਮ ਮੁਲਾਇਮ ਹੁੰਦਾ ਪਰ ਇਹ ਸਖਤੀ ਦੇ ਨਾਲ ਨੰਬਰ ਜੋੜ ਦੇ ਵਿੱਚ ਕਾਮਯਾਬ ਰੇਸ਼ਮ ਅਗਲੀ ਕਬੱਡੀ ਦੇ ਨਾਲ ਫਿਰ ਜੁੜੀ ਇਸ ਮੈਦਾਨ ਦੇ ਨਾਲ ਲਓ ਸੇਬੀ ਵੀ ਕਹਿੰਦੇ ਰੇਡ ਆਪਾਂ ਦੇਖਾਂਗੇ ਸਾਹਮਣੇ ਨਿੱਕੂ ਕਲਿਆਣਾ ਵਾਲਾ ਨਾਲ ਕਹਿੰਦੇ ਨੌਜਵਾਨ ਲੱਖਾਂ ਚੀਮਿਆਂ ਵਾਲਾ ਚੋਲਾ ਸਾਹਿਬ ਦੀ ਧਰਤੀ ਦਾ ਕਹਿੰਦੇ ਅਰਸ਼ ਹੈ ਤੇ ਅਠਵਾਲ ਪਿੰਡ ਹੈ ਕਹਿੰਦੇ ਖੁਸ਼ ਦਾ ਜਿਹੜੇ ਚਾਰੀ ਜਾਫੀ ਤਿਆਰ ਨੇ ਅਵਤਾਰ ਤਾਰੀ ਉਹਨਾਂ ਦੀ ਖੇਡ ਕਲੱਬ ਹੈ ਵੱਡਾ ਨਾਮ ਹੈ ਕਹਿੰਦੇ ਬਿੱਲੇ ਦੋ ਸਾਂਝਾ ਵਾਲੇ ਦਾ ਉਹਨਾਂ ਦੀ ਜਿਹੜੀ ਖੇਡ ਕਲੱਬ ਲਓ ਸ਼ੰਕਰ ਸਿੱਧਵਾਂ ਦੀ ਧਰਤੀ ਦਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਕਿ ਮੈਗੀਆਂ ਨਾਲ ਕਦੇ ਭਲਵਾਨ ਰੱਜਦੇ ਮਿੱਤਰੋ ਜਹਾਜ਼ਾਂ ਨੂੰ ਨੀ ਰੋਣੇ ਵੱਜਦੇ ਕਦੇ ਨਾ ਪੜਾਕੂ ਮੂਹਰੇ ਅੜੇ ਡਿਗਰੀ ਤੇ ਚੋਰਾਂ ਮੂਹਰੇ ਅੜਦੇ ਨੀ ਜਿੰਦੇ ਸੋਹਣਿਆ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਲਓ ਇਧਰ ਕਬੱਡੀ ਮੈਦਾਨ ਦੇ ਦੇਖ ਰਹੇ ਫਿਰ ਬੱਲੇ ਬੱਲੇ ਹੁੰਦੀ ਹੋਈ ਚਾਰ ਵਰ ਤਿਆਰ ਨੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਦੀ ਟੀਮ ਦੇ ਅੱਜ ਨੌਵਾਂ ਕੱਪ ਖੇਡ ਰਿਹਾ ਮੁੰਡਾ ਅੱਠਾਂ ਦਾ ਬੈਸਟ ਨਿਕਲ ਚੁੱਕਾ ਅੱਜ ਵੀ ਦੇਖਾਂਗੇ ਵੀ ਗੱਲ ਕੀ ਬਣੂਗੀ ਅਰਸ਼ ਚੋਲਾ ਸਾਹਿਬ ਜਿਹਦਾ ਅੱਜ ਵੱਡਾ ਮਾਨ ਸਨਮਾਨ ਕੀਤਾ ਜਾਣਾ ਆ ਮੁੰਡਾ ਕਹਿੰਦੇ ਰਿਕਸ਼ਾ ਵੀ ਚਲਾਉਂਦਾ ਰਿਹਾ ਇਹ ਪੱਠੇ ਦੇ ਇੱਟਾਂ ਵੀ ਪੱਥਦਾ ਰਿਹਾ ਕਿ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ ਬੇਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰ ਨਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਲਓ ਸਾਹਮਣੇ ਫਿਰ ਜਿਹੜੀ ਰੇਡ ਪੈ ਰਹੀ ਹੈ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਜੀ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਹੈ ਜੀ ਝੁੱਕ ਝੁੱਕ ਕੇ ਜਿਵੇਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਜੀ
ਦੇ ਪੱਤਾਂ ਦੇ ਵਿੱਚ ਜੋੜ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਲਓ ਕੱਜਣ ਦੀ ਕਹਿੰਦੇ ਰੇਡ ਪੈ ਰਹੀ ਹੈ ਪੋਲੇ ਪੋਲੇ ਕਦਮ ਟਿਕਿਆ ਪਰੋਬੀਆਂ ਦੇ ਵਿਹੜੇ ਕਿ ਜਿੱਥੇ ਮਾਈਆ ਪੱਪ ਧਰਦਾ ਉੱਥੇ ਉੱਗਦਾ ਸਰੋਂ ਦਾ ਬੂਟਾ ਮੈਂ ਅੱਗ ਲਾਵਾਂ ਮਹਿਲਾਂ ਨੂੰ ਬੁੱਲੀ ਯਾਰ ਦੀ ਸੁਰਗ ਦਾ ਝੂਟਾ ਤੇ ਅੱਗ ਲਾਵਾਂ ਮਹਿਲਾਂ ਨੂੰ ਲਓ ਰੇਡ ਕਿ ਜੋ ਸੁੱਖ ਸਈਆਂ ਕੇ ਚੁਵਾਰੇ ਉਹ ਬਲਖ ਨਾ ਬੁਖਾਰੇ ਹੁਣ ਦੇਖਦੇ ਵੀ ਗੱਜਣ ਸਿੰਘ ਡੱਕਿਆ ਜਾਊਗੇ ਨਹੀਂ ਜਿੰਨੇ ਜਫੇ ਉਹਨੇ ਪੰਜ ਪੰਜ ਸੌ ਸ਼ਿੰਦਾਚਰ ਵੱਲ ਰਾਜ ਬਦਰੀ ਤੇ ਬਾਜ ਕੌਂਕੇ ਵੱਲੋਂ ਲਓ ਬਲੀ ਦੀ ਰੇੜ ਦੇ ਨਾਲ ਫਿਰ ਜੁੜੀਏ ਚਾਰ ਤਿਆਰ ਬਰਤਿਆਰ ਨੇ ਇਧਰੇ ਪਾਸੇ ਸ਼ੰਕਰਾਪੁਰੀ ਦੀ ਟੀਮ ਦੇ ਜਾਸੀਆਂ ਦੇ ਲਈ ਬੀਸੀ ਦੇ ਪ੍ਰਧਾਨ ਨੇ ਸ਼ਿੰਦਾ ਚਰਵਾਲ ਜੀ ਨਾਲ ਰਾਜ ਬਦਨੀ ਜੀ ਸਾਡੇ ਵੀਰ ਨੇ ਤੇ ਕੌਂਕਿਆਂ ਵਾਲਾ ਕਹਿੰਦੇ ਬਾਜ ਵੀ ਆਇਆ ਹੋਇਆ ਹੈ ਉਦੋਂ ਉਹਨਾਂ ਟੀਮਾਂ ਦੇ ਵਿੱਚ ਰੇਡਰ ਗੱਲਾਂ ਕਰਦੇ ਸਨ ਵੀ ਮੈਂ ਕੌਡੀਆਂ ਦੇ ਪਾ ਦੇਣੀ ਅਸੀਂ ਆ ਪਹਿਲਾਂ ਬਾਜ ਖੜ ਗਿਆ ਤੇ ਦੂਜੀ ਕੰਨੀ ਦੇ ਪਤਾ ਨੀ ਲੱਗਾ ਪਦੋਂ ਆ ਕੇ ਤਲਵਾਰ ਖੜ ਗਿਆ ਫਿਰ ਮੈਂ ਕੀ ਕਰਦਾ ਫਿਰ ਤੇ ਕੌਕੇ ਜਿੱਤਣੀ ਸੀ ਫਿਰ ਤੇ ਕੌਕੇ ਜਿੱਤਣੀ ਸੀ ਅੱਜ ਬਾਜ ਕੌਕੇ ਜੀ ਵੀ ਆਏ ਹੋਏ ਆ ਇੱਧਰ ਕਹਿੰਦੇ ਰੇਡ ਜਿਹੜੀ ਕਾਕੇ ਦੀ ਪੈ ਰਹੀ ਹੈ ਇਹ ਬੜਾ ਤੇਜ਼ ਹੈ ਬੜਾ ਸ਼ਾਰਪ ਹੈ ਬੜਾ ਸਪੀਡੀ ਹੈ ਬੜਾ ਸ਼ਾਰਪ ਹੈ ਜਿਹਨੇ ਤਕੜੇ ਨੰਬਰ ਦਾ ਵਾਧਾ ਕਰ ਦਿੱਤਾ ਸ਼ਿੰਦਰ ਅਚਰਵਾਲ ਜੀ ਨਾਲ ਰਾਜ ਪੱਧਰੀ ਜੀ ਤੇ ਬਾਜ ਕੌਕੇ ਉਹਨਾਂ ਵੱਲੋਂ ਵੱਡੇ ਮਾਣ ਸ਼ੰਕਰਾਪੁਰੀ ਦੀ ਟੀਮ ਦੇ ਜਾਫੀ ਜੀ ਨੇ ਜੱਥੇ ਲਾਉਣਗੇ ਨਵੀਂ ਸੇਖੂ ਵਾਲਾ ਜੀ ਕਬੱਡੀ ਪਾਉਣ ਦੇ ਲਈ ਤਿਆਰ ਬਰਤਿਆਰ ਮੂਵ ਸਵਰੇ ਵੀ ਨਹੀਂ ਗਰਾਉਂਡ ਦੇ ਪੁੱਜਦੀ ਕਰ ਦਿਓ ਮਿਹਰਬਾਨੀ ਕਰਕੇ ਜੇ ਸਵਲੰਟੀਅਰ ਦੇ ਕੋਲ ਹੈ ਲਓ ਨਵੀਂ ਦੀ ਰੇਡ ਤੇ ਚੀਮਿਆਂ ਵਾਲਾ ਲੱਖਾ ਕੋਸ਼ਿਸ਼ ਕਰਦਾ ਹੋਇਆ ਡੱਕ ਲੈਣ ਦੀ ਖੇਡੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਲੱਖਾ ਜਲਾਲਪੁਰੀਏ ਪਾਲੇ ਦਾ ਭੁਲੇਖਾ ਪਾਉਂਦਾ ਡੱਕਣ ਦੀ ਕੋਸ਼ਿਸ਼ ਕਰਦਾ ਆਹ ਬੱਲੇ ਬੱਲੇ ਹੋਈ ਪਈ ਬੰਦੇ ਉੱਪਰ ਬੰਨਿਆ ਕਬੱਡੀ ਖਿਡਾਰੀ ਇਹ ਹੈ ਚੀਮਿਆਂ ਵਾਲਾ ਲੱਖਾ ਲਾਜ ਅੱਖਾ ਨੰਬਰ ਜੋੜ ਦੇ ਵਿੱਚ ਕਾਮਯਾਬ 23 ਫਰਵਰੀ ਨੂੰ ਬਾਬੂ ਵਿਰਕ ਵੱਡੇ ਪ੍ਰਮੋਟਰ ਦੀ ਯਾਦ ਦੇ ਵਿੱਚ ਵੱਡਾ ਕਬੱਡੀ ਕੱਪ ਹੋਣਾ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਲਓ ਰੇਸ਼ਮ ਜਾਮਾ ਰਾਏ ਦੀ ਅਗਲੀ ਰੇਡ ਦੇ ਨਾਲ ਫਿਰ ਜੁੜੀਏ ਮੈਦਾਨ ਦੇ ਨਾਲ ਪਈ ਹੋਈ ਕਬੱਡੀ ਦੇ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂ ਵਾਲਾ ਫਿਰੋਜ਼ਪੁਰ ਦੇ ਏਰੀਏ ਤੋਂ ਇਹ ਨੌਜਵਾਨ ਕਬੱਡੀ ਖੇਡਣ ਦੇ ਵਾਸਤੇ ਆਏ ਤੇ ਸੈਮੀਫਾਈਨਲ ਦੇ ਪੁੱਜੀ ਟੀਮ ਹੁਣ ਦੇਖਾਂਗੇ ਵੀ ਗੱਲ ਕੀ ਬਣਦੀ ਕਿ ਕੀ ਕੀ ਗੱਲ ਬਣ ਗਈ ਕੋਈ ਗੱਲ ਨਾ ਸਮਝ ਵਜੇ ਆਵੇ ਤੱਕੜੇ ਨੂੰ ਵਲ ਪੈ ਗਿਆ ਤੇ ਤੰਦ ਨਾਲ ਲਪੇਟਿਆ ਜਾਵੇ ਪੰਮੀ ਬਲੇਨਾ ਜੀ ਆਏ ਨੇ ਬਲੇਨੇ ਦਾ ਕਬੱਡੀ ਕੱਪ ਹੋਇਆ ਔਰ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਉੱਪਰ ਸੁਨਹਿਰੀ ਕਰਕੇ ਲਿਖਿਆ ਗਿਆ ਜੀ ਆਇਆਂ ਨੂੰ ਨੀਟੂ ਕਾਂਗਰੀ ਹੋਣਾ ਵੱਲੋਂ ਸਵਾਗਤ ਲਓ ਅਗਲੀ ਕਬੱਡੀ ਦਾ ਨਜ਼ਾਰਾ ਤੱਕੀ ਇਸ ਮੈਦਾਨ ਦੇ ਵਿੱਚ ਬਈ ਰੇਡ ਤੇ ਚਾਰ ਨੇ ਭਗਵਾਨਪੁਰ ਦੀ ਟੀਮ ਦੇ ਅੱਗੇ ਵੱਧ ਕੇ ਨੌਜਵਾਨ ਹਲਕਾ ਜਿਹਾ ਟੱਚ ਅਪੀਲ ਕਰ ਰਿਹਾ ਕੁਲਵਿੰਦਰ ਸਿੰਘ ਜੀ ਮੱਲੀ ਸਾਹਿਬ ਨਹੀਂ ਮੰਨਦੇ ਮਨਜੀਤ ਸਿੰਘ ਜੀ ਕਾਕੂ ਕੋਚ ਸਾਹਿਬ ਨੇ ਖੋਖਰ ਫੌਜੀਆਂ ਪਿੰਡ ਹੈ ਗੁਰਪ੍ਰੀਤ ਘੁੱਗੀ ਦਾ ਤੇ ਮਨਜੀਤ ਕਾਕੂ ਜੀ ਉਹਨਾਂ ਦਾ ਲਾਓ ਇਧਰਲੇ ਪਾਸੇ ਪੁਆਇੰਟ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਮਾਝੇ ਦੀ ਟੀਮ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਸ਼ੰਕਰ ਦੀ ਰੇਡ ਲਾਓ ਸ਼ੰਕਰ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਸੰਦੀਪ ਵੀਰ ਆਇਆ ਕਹਿੰਦਾ ਜਥੇਦਾਰ ਸਰਦਾਰ ਜੈ ਸਿੰਘ ਜੀ ਪੁੱਜੇ ਹੋਏ ਹੈ ਬਹੁਤ ਪਿਆਰੀ ਸ਼ਖਸੀਅਤ ਹੈ ਉਹਨਾਂ ਦਾ ਕਹਿ ਕਟਵਾ ਧੰਨਵਾਦ ਇੱਥੇ ਪੁੱਜਣ ਦੇ ਜਥੇਦਾਰ ਸਰਦਾਰ ਜੈ ਸਿੰਘ ਜੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜੇ ਆ ਬਹੁਤ ਵੱਡਾ ਧੰਨਵਾਦ ਹੈ ਬਾਬਾ ਪ੍ਰਗਟ ਸਿੰਘ ਜੀ ਜਿਹਨਾਂ ਦੇ ਵੱਡੇ ਪਿਆਰ ਨੇ ਇਸ ਮੇਲੇ ਦੇ ਲਈ ਬਹੁਤ ਵੱਡਾ ਧੰਨਵਾਦ ਹੈ ਲਓ ਕਹਿੰਦੇ ਰੇਡ ਜਿਹੜੀ ਉਹ ਪੈ ਰਹੀ ਹੈ ਬੱਲੀ ਦੇ ਚਰਚੇ ਦੇ ਇੱਕ ਪਾਸੇ ਕਹਿੰਦੇ ਕਬੱਡੀ ਦਾ ਡੀਡੀਓ ਹੈ ਬੜਾ ਜਾਫੀ ਵੀ ਕਹਿੰਦੇ ਜਿਹਨੇ ਵੱਡੇ ਵੱਡਿਆਂ ਦੀ ਧੌਣ ਕੱਸੀ ਹੈ ਜਿਹਨੇ ਵੱਡੇ ਵੱਡੇ ਫੜੇ ਹੈ ਇਹ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਪੱਬਰੀ ਪਿੰਡ ਦਾ ਕਹਿੰਦੇ ਇਹ ਹੈ ਰਾਜਾ ਮੇਰੇ ਮਿੱਤਰੋ ਅਟਾਰੀ ਬਾਰਡਰ ਦੇ ਏਰੀਏ ਦਾ ਖਿਡਾਰੀ ਹੈ ਇਹ ਲੋਕੋ ਕਹਿ ਵਾਲੇ ਕਹਿੰਦੇ ਨਿਰਮਲ ਦੇ ਪਿੰਡਾਂ ਦਾ ਪਰ ਇਹ ਕਹਿੰਦੇ ਜੋੜਾ ਧਸ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੁਸ਼ਕੀ ਜਾ ਰੰਗ ਪਰ ਰੰਗ ਕਹਿੰਦੇ ਹੁੰਦਰਾਂ ਦੇ ਪੈਂਦੇ ਆ ਰੰਗ ਗੋਰਾ ਤੇ ਕਾਲਾ ਨਹੀਂ ਦੇਖਿਆ ਜਾਂਦਾ ਕਹਿੰਦੇ ਝਾਂਜਰ ਚਿੱਟੀ ਹੁੰਦੀ ਹੈ ਪਰ ਪੈਂਦੀ ਪੈਰਾਂ ਦੇ ਵਿੱਚ ਸੁਰਮਾ ਕਾਲਾ ਹੁੰਦਾ ਪਰ ਪੈਂਦਾ ਅੱਖਾਂ ਦੇ ਵਿੱਚ ਉੱਥੇ ਰਹਿਣਾ ਪੈਂਦਾ ਜਿੱਥੇ ਰੱਬ ਰੱਖੇ ਲਓ ਜੋੜਾ ਭੱਜ ਗਿਆ ਨਾ ਕਹਿੰਦੇ ਜਨਾਬ ਮੱਖਣ ਵਾਲੀ ਜੀ ਲਓ ਬਲੀ ਦੀ ਰੇਡ ਦੇ ਨਾਲ ਫਿਰ ਜੁੜੀਏ ਜੀ ਤੰਨਾ ਅਠਵਾਲ ਡੈਨਮਾਰਕ ਤੋਂ ਤੇ ਮਨੂ ਆਸਟ੍ਰੇਲੀਆ ਉਹਨਾਂ ਦੀ ਟੀਮ ਹੈ ਜੰਗ ਭਲਵਾਨ ਉਹਨਾਂ ਦੀ ਅਮਨ ਟਿਵਾਣਾ ਉਹਨਾਂ ਦੀ ਖੇਡ ਕਲੱਬ ਹੈ ਕਮਲਜੋਤ ਸੁੱਖਾ ਰਾਜੂ ਨਿਊਜ਼ੀਲੈਂਡ ਪਿੰਦਰ ਚਮੈਰ ਉਹਨਾਂ ਦੀ ਖੇਡ ਕਲੱਬ ਦਾ ਪੁਆਇੰਟ ਬਲੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਚੱਲ ਵੀ ਗੱਜਣ ਸਿਆ ਕਹਿੰਦੇ ਜਿਹੜੇ ਗੱਜਦੇ ਨੇ ਉਹ ਵਰਦੇ ਨਹੀਂ ਮੁੰਡਾ ਕਹਿੰਦਾ ਮੈਂ ਗੱਜ ਕੇ ਵੀ ਦਿਖਾਊਂਗਾ ਤੇ ਫਿਰ ਵਰ ਕੇ ਵੀ ਦਿਖਾਊਂਗਾ ਲਓ ਡੇਰਾ ਬਾਬਾ ਨਾਨਕ ਵਾਲਾ ਗੁਰਦਾਸਪੁਰੀ ਹੈ ਛੱਬੇ ਵਰਗੇ ਪੱਪੂ ਵਰਗੇ ਸ਼ਿੰਦੇ ਅਮਲੀ ਵਰਗੇ ਸੁਖਰਾਜ ਵਰਗੇ ਸਿਕੰਦਰ ਵਰਗੇ ਜੁਗਿੰਦਰ ਭਿੱਡੇ ਜੱਸੀ ਪਾਜਵੇ ਵਰਗੇ ਦੁਨੀਆ ਦੇ ਧਰੰਤਰ ਪੈਦਾ ਕੀਤੇ ਨੇ ਗੁਰਦਾਸਪੁਰ ਨੇ ਲਓ ਕਬੱਡੀ ਪਾਉਣ ਦੇ ਵਾਸਤੇ ਗੁਰਦਾਸਪੁਰੀ ਹੈ ਵਾਧਾ ਹੋਇਆ ਬਈ ਹੋਈ ਕਬੱਡੀ ਕੌਣ ਫਿਰੋਜ਼ਪੁਰੀ ਆ ਲਾਓ ਜੱਫਾ ਪੰਡਿਤ ਮਦਨ ਗੋਪਾਲ ਜੀ ਕਿਹਦੇ ਹੱਕ ਦੇ ਵਿੱਚ ਫੈਸਲਾ ਕਰਨਗੇ ਆ ਖੁੱਚ ਕੱਢਣੀ ਬੜੀ ਔਖੀ ਲਾਉਣੀ ਕਬੱਡੀ ਵਿੱਚ ਢਾਕ ਮਿੱਤਰ ਮਿਹਨਤਾਂ ਦੇ ਨਾਲ ਸਾਰੇ ਲੱਗਦੇ ਖਾ ਕੇ ਖੁਰਾਕ ਮਿੱਤਰ
पुत्र लो कहते गजन फड़िया गया अगली रोड से फिर देखा उधर कहते चार दे चारे दे चारे प्यार ने मनु भगवानपुर आस्ट्रेलिया साजा वीर ओरी खेड क्लब है वे योगदान है कहते कमल ते मनजोत जिन्हों का सुखा राजू पिंड है जिन्होंने पिंड कहते 27 फरवरी रोड तो निकल गया लो चार ने इधर आ मुंडे का भी कब कहते जरा फरवरी महीने जिदा ही है पर कहते निकू का नाम अड्डा जरा कल्याण पिंड है धरती जिले बठिंडे भी कि मुंडा बठिंडे का बठिंड भी तो मैनू कहता हाय डिस्को मुंडा बठिंडे का बठिंड भी तो मैनू कहता हाय डिस्को आ मखण जी पड़े गरीबड़े जे परिवार के उठ के आया है ये कहते काका लंगलों वाला तलवंडी साबो का एरिया करो गल मुंडे की लाओ तलवंडी साबो के एरिए का काका बड़ा तिखा जहा कबड्डी खिलाड़ी नंगलों वाला जे तीन जफे लगनगे राजपदनी शिंदे अचरवाल बाद कौके वालों 2000 के मान सम्मान दिए जाएंगे शंकरापुरी कबड्डी अकैडमी साधु वाला की टीम दे जे तीन जफे लगातार नहीं तीन लग गए सारे मैच के जथेदार गुरु प्रताप सिंह जी वडाला साहब एमएलए हलका नकोदर थोड़े समय तक साढ़े को पुज रहे हैं उन्होंने भी निघा स्वागत करेंगे जी अनु आखांगे लाओ रेड दे नाल फिर जुड़िए इस मैदान दे नाल पंजा पाणियां ने जिथे जाल बनिया उस धरती की कुख विचों मैं जमया जिथे उगदी सोना नहीं जमीन जटीए नी मैं पुत हां पंजाब दा शौकीन जटीए रेड पाण दे वास्ते रेशम जामा राय वाला फिर बता हुआ कबड्डी खिलाड़ी बिका तलवंडी चौधरी महान कबड्डी खिलाड़ी 2005 दी जे सीढ़ियां देखिए ते इंग्लैंड दे विच बिके ने धन धन करवाई 13 दे विच सुखमन चोला साहब ने बल्ले बल्ले करवाती लाओ मैदान दे नाल आपां फिर जुड़िए हुंदी होई कमाल दो खिलाड़ियों दे दरम्यान चलदा हा संघर्ष कदे सजे कदे खब्बे रेशम जामा राय एक होर नंबर जोड़ दे विच कामयाब सरदार तरसेम सिंह जी बलेना पम्मी बलेना जी साढ़े को विशेष तौर पर पुजे ने धन्यवाद लाओ बली की रेड फिर जुड़ी लाओ बली भी कहते जी रेड पै रही है उधर चार ने फकर झंडा पेंडे नौजवान का पहला कहते झंडा कला जो गुरुद्वारा साहब की इमारत सारी जान लगी कहते कंध कढ़ते कंध डिग पैंदी सी किसी भले पुरश ने आखा भी पट के देखो थले धरती पट्टी गई तो कबर निकली लोगों ने बाजे लाने भी फकर की कबर है तो फकर गुरु के चरणों के थां मंगना तो पिंड का ना फकर झंडा बन गया जेडे पिंड ने हृदय भर गए दुनिया ने बड़े वल पैदा किए हैं इतिहास गवाह है भरा देखा के सामने पैंती रेड़ी शंकर की लोग की ट्राई पे नंबर जेड़ा वो रेडर ने इससे जुड़ना होया उधर कहते पारू जलाल की वार भी भजा है हैलो हैलो गब्बर साउंड थोड़ा वॉल्यूम अप कर दो बहुत ही सत्कार सारे प्रमोटरों का धन्यवाद है परमिंदर सिंह जी यूके शिंदर हुंदल जी कनेडा भाजी करण हुंदल कनेडा 2 मिनट दो बाज ऐसा माइक दी भी खोल दो जी बहुत ही सत्कार जो बाबा प्रगट नाथ जी वो भी विशेष तौर पर आए ने मंच से विराजमान ने सो धन्यवाद है बाबा प्रगट नाथ जी उन्हों का भी स्वागत है जिया आख्या जा रहा नाल इंस्पैक्टर तरसेम सिंह जी बलीना न्यूजीलैंड ते नाल न्यूजीलैंड कबड्डी फेडरेशन के चेयरमैन परमजीत बलीना जी नाल पाला वड़ंग जी ते नाल गोपी बलीना जी हाड़ी खेड कबड्डी दे बड़े प्रमोटर आज दा टूर्नामेंट हरमन सिंह जी कांगुणा दी याद नूं समर्पित ते सुखमन चोला साहब नूं समर्पित किया जा रहा है परमिंदर यूके शिंदर हुंदल कनेडा करण हुंदल कनेडा मनदीप कंग यूके गुरप्रीत कंग यूके मनदीप कंग कनेडा संदीप कंग काला कनेडा परमजीत सिंह जी कंग कनेडा दलजिंदर सिंह जी काखल मनजिंदर काखल कनेडा सरबजीत सिंह जी यूएसए इकबाल कंग यूके ना वीरां दा धन्नवाद लाओ कबड्डी पाउंदा होया योधा घास पिंड वाला लाओ जोधे भी कहते कबड्डी पै रही है इधर कहते चार ने चारे दे चारे प्यार ने मेरे मित्रों लाओ नंबर जेड़ा रेडर के हिस्से जुड़ना होया है एक बढ़िया नंबर का वादा कर दिता हरमन चाहल जी ने बड़ा प्यार दिता मैं आख्या भी पहला बड़े दे पिया कहते फड़ी चल पर जिते ट्रंटो वाले मुक गए उते होर ले लांगे उते होर मंग लांगे बड़ा प्यार दिता ओंटारियो दी धरती है हमेशा जिहड़ा रोम रोम वह रिड़ी रहेगा उत्थे सद के भी बड़ा प्यार दिता फिर करे परमात्मा साड़िया दवावां ने वो परिवार हसते रहन आ कहिंदे ढा के उत्ते बह गया ये माझे भी धरती ते चल के आया कि हड़पे बावला हड़पे मेरा माझे साक ना करवे उत्थों दे जट बुरे सुणी दे ऊठ
ਅੱਖਾਂ ਨੂੰ ਪਾਉਂਦੇ ਖੜਵੇ ਖੜਤਾ ਮੈਥੋਂ ਕੁੱਤੀ ਨਾ ਜਾਂਦੀ ਉਹ ਗੁੱਤੋ ਲੈਂਦੇ ਫੜਵੇ ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਕਰਵੇ ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਕਰਵੇ ਮੇਰਾ ਉੱਡੇ ਡੋਰੀਆ ਲਓ ਪੈਂਦੀ ਰੋੜ ਇਹਦੇ ਗੱਜਣ ਦੇ ਕਹਿੰਦੇ ਚਰਚੇ ਬੜੀ ਜਾਨ ਹੈ ਪਿੰਡੇ ਦੇ ਵਿੱਚ ਕਿਉਂਕਿ ਮੱਝ ਦੇ ਵਿੱਚ ਬਹੁਤੀ ਢੇਰੀ ਵਾਲੀ ਕੌਡੀ ਖੇਡੀ ਜਾਂਦੀ ਹੈ ਤੇ ਢੇਰੀ ਵਾਲੀ ਖੇਡ ਖੇਡ ਕੇ ਇਹਨਾਂ ਨੇ ਪਿੰਡੇ ਲੋਹਾ ਕੀਤੇ ਹੈ ਪਿੰਡੇ ਲੋਹਾ ਕੀਤੇ ਹੈ ਪੈਂਦੀ ਰੇਡ ਮੱਖਣ ਜੀ ਕਰੋ ਗੱਲ ਮੁੰਡੇ ਦੀ ਮੈਂ ਧੰਨਵਾਦ ਕਰਦਾ ਸੁਰਿੰਦਰਪਾਲ ਸਿੰਘ ਜੀ ਟੋਨੀ ਕਲਖ ਪ੍ਰਧਾਨ ਜੀ ਉਹਨਾਂ ਦਾ ਕੇ ਸਰੀਨੀ ਜੀ ਪੰਜਾਬ ਕਬੱਡੀ ਅਕੈਡਮੀ ਦਾ ਐਸੋਸੀਏਸ਼ਨ ਜਿਹੜੇ ਕੱਲ ਤੱਕ ਪਲੇਅਰਾਂ ਦੇ ਡਰੋਪ ਟੈਸਟ ਹੋਏ ਨੇ ਉਹਨਾਂ ਦੇ ਰਿਜ਼ਲਟ ਫੈਡਰੇਸ਼ਨ ਕੋਲ ਪੁੱਜ ਗਏ ਨੇ ਫੈਡਰੇਸ਼ਨ ਨੇ ਟੀਮਾਂ ਦੇ ਕੋਚਾਂ ਨੂੰ ਰਿਜ਼ਲਟ ਦੇ ਦਿੱਤੇ ਨੇ 12 ਤਰੀਕ ਨੂੰ ਵਰਲਡ ਦੀਆਂ ਫੈਡਰੇਸ਼ਨਾਂ ਦੀ ਇੱਕ ਮੀਟਿੰਗ ਹੋਊਗੀ ਉੱਥੇ ਅਗਲਾ ਡਿਸੀਜਨ ਲਿਆ ਜਾਊਗਾ ਵੀ ਕੀ ਡਿਸੀਜਨ ਹੋਊਗਾ ਪਰ ਜੋ ਜੋ ਰਿਜ਼ਲਟ ਕੱਲ ਤੱਕ ਦੇ ਮੈਚਾਂ ਤੱਕ ਆਇਆ ਪੰਜਾਬ ਕਬੱਡੀ ਅਕੈਡਮੀ ਦੇ ਐਸੋਸੀਏਸ਼ਨ ਨੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਹੋਰ ਵਰਲਡ ਦੀਆਂ ਫੈਡਰੇਸ਼ਨਾਂ ਨੇ ਸਾਂਝੇ ਤੌਰ ਤੇ ਇਹ ਡਿਸੀਜਨ ਲਿਆ ਸੀਗਾ ਵੀ ਅਸੀਂ ਖਿਡਾਰੀਆਂ ਦੇ ਟੌਪ ਟੈਸਟ ਕਰਾਂਗੇ ਕੱਲ ਤੱਕ ਦਾ ਰਿਜ਼ਲਟ ਸਾਰੇ ਕੋਚਾਂ ਤੱਕ ਪੁੱਜ ਗਿਆ ਤੇ ਅਗਲਾ ਡਿਸੀਜਨ ਕੀ ਹੋਊਗਾ ਉਹ 12 ਤਰੀਕ ਨੂੰ ਮੀਟਿੰਗ ਹੈ ਵਰਲਡ ਦੀਆਂ ਫੈਡਰੇਸ਼ਨਾਂ ਦੀ ਉੱਥੇ ਅਨਾਊਂਸਮੈਂਟ ਹੋਊਗੀ ਵੀ ਅਗਲੀ ਕਾਰਵਾਈ ਜੋ ਹੈ ਉਹ ਕੀ ਹੋਊਗੀ ਸੋ ਸਾਰੇ ਖਿਡਾਰੀ ਇਹ ਮਿਹਰਬਾਨੀ ਕਰਕੇ ਸੁਚੇਤ ਰਹਿਣਗੇ ਸਮੁੱਚੀ ਪੰਜਾਬ ਕਬੱਡੀ ਅਕੈਡਮੀ ਦੇ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਤੇ ਲੱਕੀ ਕੁਰਾਲੀ ਜੀ ਦਾ ਧੰਨਵਾਦ ਵੱਡਾ ਉਪਰਾਲਾ ਖੇਡ ਕਬੱਡੀ ਜਿਸ ਚੀਜ਼ ਦੀ ਮੰਗ ਕਰ ਰਹੀ ਸੀਗੀ ਉਹ ਫੈਡਰੇਸ਼ਨਾਂ ਨੇ ਬਹੁਤ ਵੱਡਾ ਰੋਲ ਅਦਾ ਕਰਕੇ ਕਲੱਬਾਂ ਵਾਲਿਆਂ ਨੇ ਵੱਡਾ ਰੋਲ ਅਦਾ ਕਰਕੇ ਜੋ ਹੈ ਉਹ ਸ਼ੁਰੂਆਤ ਕੀਤੀ ਤੇ ਸਾਰੇ ਕਬੱਡੀ ਦੇ ਪ੍ਰੇਮੀ ਜਿੰਨੇ ਵੀ ਨੇ ਉਹਨਾਂ ਦੇ ਸਹਿਯੋਗ ਦੀ ਲੋੜ ਹੈ ਖਿਡਾਰੀਆਂ ਦੇ ਸਹਿਯੋਗ ਦੀ ਲੋੜ ਹੈ ਕੋਚਾਂ ਦੇ ਸਹਿਯੋਗ ਦੀ ਲੋੜ ਹੈ ਸਾਰੇ ਬਹੁਤ ਬਹੁਤ ਧੰਨਵਾਦ ਮੱਖਣ ਅਲੀ ਜੀ ਇੱਕ ਮਿੰਟ ਲਵਾਂਗੇ ਗੋਪੀ ਟਾਹਲੀ ਵਾਲੀ ਕਬੱਡੀ ਖਿਡਾਰਨ ਜਿਹਦਾ ਮਾਨ ਸਨਮਾਨ ਕੀਤਾ ਜਾ ਰਿਹਾ ਕਮਲਜੀਤ ਸਿੰਘ ਜੀ ਨੀਟੂ ਕਾਂਗਾ ਸ਼ਿੰਦਰ ਹੁੰਦਲ ਜੀ ਕਰਨ ਹੁੰਦਲ ਔਰ ਸਾਡੇ ਸ਼ੀਪਾ ਹੁੰਦਲ ਜੀ ਇਹਨਾਂ ਰਵੀਰ ਆ ਜਿਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਗੋਪੀ ਟਾਹਲੀ ਵਾਲੀ ਕਬੱਡੀ ਦੀ ਕਹਿੰਦੇ ਮਹਾਨ ਜਾਫੀ ਇੱਕ ਮੈਚ ਵਿੱਚ 13-13 14-14 ਜੱਫੇ ਲਾਉਣ ਦਾ ਰਿਕਾਰਡ ਸੋ ਉਸ ਖਿਡਾਰਨ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਮੱਖਣ ਅਲੀ ਜੀ ਤੁਸੀਂ ਵੀ ਗੱਲ ਕਰਿਓ ਆਪਣੇ ਬੁਖਾਰਵੇਂ ਤੋਂ ਇਸ ਖਿਡਾਰਨ ਦੀ ਮਾਈਕ ਓਵਰ ਟੂ ਗਰਾਊਂਡ ਲਓ ਉਧਰ ਮਾਨ ਸਨਮਾਨ ਕੁੱਖ ਵਿੱਚ ਧੀ ਧਰਤੀ ਵਿੱਚ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ ਚਾਰ ਦਿਨ ਮੌਜਾਂ ਮਾਰ ਕੇ ਲਾਕੇ ਸੁੱਖਾਂ ਦੇ ਸਮੁੰਦਰਾਂ ਚ ਤਾਰੀ ਨੀ ਆਲੇ ਮਾਏ ਸਾਂਭ ਗੁੰਜੀਆਂ ਤੀਆਂ ਛੱਡ ਚੱਲੀਆਂ ਸਰਦਾਰੀ ਤੀਆਂ ਦਾ ਸਤਿਕਾਰ ਕਰੀਏ ਅੱਜ ਮਾਨ ਸਨਮਾਨ ਕੀਤਾ ਜਾ ਰਿਹਾ ਉੱਗੀ ਦੇ ਕਬੱਡੀ ਕੱਪ ਹੈਲੋ ਬਹੁਤ ਹੀ ਸਤਿਕਾਰਯੋਗ ਹਲਕਾ ਨਕੋਦਰ ਦੇ MLA ਸਾਹਿਬ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਪੁੱਜ ਰਹੇ ਨੇ ਅਸੀਂ ਧੰਨਵਾਦ ਕਰਾਂਗੇ ਨਿੱਘੀ ਜਿਹਾ ਨੂੰ ਆਖਾਂਗੇ ਸਾਡੇ ਉੱਗੀ ਦੇ 500 ਰੁਪਈਆ ਸਰਵਤਕ ਵੀਰਾਂ ਵੱਲੋਂ ਨੋਰ ਬੈਂਜ ਜੀ ਸਰਪੰਚ ਉਹਨਾਂ ਦਾ ਵੀ ਧੰਨਵਾਦ ਹੈ ਸੋ ਧੰਨਵਾਦ ਕਹਿੰਦੇ ਪੰਜਾਬ ਤੋਂ ਬਾਹਰ ਬੰਬੇ ਗਏ ਹੋਏ ਸੀ ਹਾਂਜੀ ਭਲਵਾਨ ਜੀ ਮਾਇੰਡ ਨਾ ਕਰਿਓ ਆਹ ਮੈਚ ਆਪਾਂ ਕਬੱਡੀ ਦੀ ਵੀ ਥੋੜੀ ਜਿਹੀ ਇਧਰੇ ਪਾਸੇ ਗੱਲ ਕਰੀਏ ਬਹੁਤ ਬਹੁਤ ਧੰਨਵਾਦ ਹੈ ਸੋ ਨਾਲ ਦੀ ਨਾਲ ਸਟੇਜ ਦੀ ਕਾਰਵਾਈ ਵੀ ਜ਼ਰੂਰੀ ਹੈ ਤੇ ਲਾਈਵ ਚੱਲ ਰਿਹਾ ਨਾਲ ਦੀ ਨਾਲ ਕਬੱਡੀ ਦੀ ਵੀ ਗੱਲ ਜਿਹੜੀ ਹੈ ਮੈਦਾਨ ਦੀ ਬੜੀ ਜ਼ਰੂਰੀ ਹੈ ਮੈਚ ਬਹੁਤ ਦਿਲਚਸਪ ਤੇ ਲਾਈਵ ਦੁਨੀਆ ਨਾਲ ਬਣ ਰਹੀ ਹੈ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਪ੍ਰਬੰਧਕਾਂ ਦਾ ਪਰ ਖੇਡ ਕਬੱਡੀ ਜਿਸ ਦੀ ਮੰਗ ਕਰਦੀ ਹੈ ਤੁਹਾਡੇ ਸਹਿਯੋਗ ਦੀ ਲੋੜ ਵੀ ਕਹਿੰਦੇ ਰੇਡ ਪੈ ਰਹੀ ਹੈ ਇੱਧਰ ਕਹਿੰਦੇ ਚਾਰੇ ਦੇ ਚਾਰੇ ਤਿਆਰ ਨੇ ਮੇਰੇ ਮਿੱਤਰੋ ਮੈਚ ਵਧੀਆ ਖੇਡਿਆ ਜਾ ਰਿਹਾ ਦੁਨੀਆ ਦੇ ਵੱਡੇ ਵਾਲੇ ਕਹਿੰਦੇ ਉੱਗੀ ਪਿੰਡ ਦੇ ਵਿੱਚ ਪੁੱਜੇ ਨੇ ਲਓ ਗੱਜਣ ਕਹਿੰਦੇ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਇੱਕ ਵਧੀਆ ਨੰਬਰ ਦਾ ਵਾਧਾ ਕਰਦਾ ਹੋਇਆ ਗੱਭਰੂ ਆਪਣੀ ਟੀਮ ਦੇ ਲਈ ਲਓ ਚਾਰ ਨੇ ਪੱਧਰੀ ਵਾਲਾ ਰੱਜ ਨਾਲ ਕਹਿੰਦੇ ਲੱਖਾਂ ਚੀਮਿਆਂ ਵਾਲਾ ਅਠਵਾਲਾ ਦੀ ਧਰਤੀ ਦਾ ਖੁਸ਼ ਹੈ ਇੱਕ ਮੁੰਡਾ ਕਹਿੰਦੇ ਬਠਿੰਡੇ ਤੋਂ ਚੱਲ ਕੇ ਆਇਆ ਹੁਣ ਚੌਵੇਂ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾਵੇਗਾ ਕੌਣ ਚੋੜੂ ਨੰਬਰ ਆਪਣੀ ਟੀਮ ਦੇ ਲਈ ਲਓ ਪੈਂਦੀ ਰੇਲ ਬੱਲੇ ਬੱਲੇ ਹੋ ਗਈ ਮਿੱਤਰੋ ਭੱਜਦੇ ਧੱਕੇ ਉੱਖੜਦੇ ਪੈਰ ਲਓ ਕਹਿੰਦੇ ਚਾਚੇ ਚੋਰਾਂ ਤੇ ਨੌਜਵਾਨ ਕਹਿੰਦੇ ਰਾਹ ਲਾ ਕੇ ਮਾਰਦਾ ਰਿਸ਼ਵਰਾ ਜਾਮਾ ਰਾਏ ਪਿੰਡ ਹੈ ਮੱਖਣ ਜੀ ਕਰੋ ਗੱਲ ਬੋਲੇ ਜਾਮਾ ਰਾਏ ਵਾਲਾ ਅਗਲੀ ਕਬੱਡੀ ਪਾਉਂਦਾ ਸੀ ਤਰਨ ਤਾਰਨ ਦਾ ਮਾਝੇ ਦਾ ਮਰੈਲ ਗੱਜ ਚੌੜੀ ਛਾਤੀ ਹੈ ਨੇਤਰ ਇਤਰੀ ਮਾਮਾ ਇਹੋ ਜਿਹੇ ਪੁੱਤਾਂ ਨੂੰ ਜਨਮ ਦਿੰਦੀ ਹੈ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ਮੁਸ਼ਕਿਲ ਨਾਲ ਇਹੋ ਜਿਹੇ ਖਿਡਾਰੀ ਪੈਦਾ ਹੁੰਦੇ ਨੇ ਨਾ ਹੁੰਦੀ ਹੋਈ ਬਹਿ ਜਾ ਤੇ ਰੇਸ਼ਮ ਬਹੁਤ ਸ਼ਾਨਦਾਰ ਨੰਬਰ ਜੁੜਦਾ ਹੋਇਆ 10 ਮਾਰਚ ਨੂੰ ਨਕਾਲਾ ਸਾਹਿਬ ਦੀ ਧਰਤੀ
ਵੱਡਾ ਕਬੱਡੀ ਕੱਪ ਹੋਣਾ ਹੈ ਜਲਾਲਪੁਰੀ ਪਾਲੇ ਦਾ, ਉੱਥੇ ਟਰੈਕਟਰ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ, ਇਮਰਾਨ ਚੌਧਰੀ ਉਹਨਾਂ ਦਾ, ਲੱਕੀ ਕੁਰਾਲੀ ਉਹਨਾਂ ਦਾ, ਸ਼ੱਬੇ ਥਿਆੜੇ ਉਹਨਾਂ ਦਾ, ਬਹੁਤ ਬਹੁਤ ਧੰਨਵਾਦ ਮੇਨ ਪ੍ਰਮੋਟਰਾਂ ਦਾ। ਆਓ ਅਗਲੀ ਕਬੱਡੀ ਦੇ ਨਾਲ ਫਿਰ ਜੁੜੀਏ, ਬੜਾ ਤਿੱਖਾ ਜਿਹਾ ਕੜਾਰੀ ਰਾਜ ਕਰਦਾ ਤੋਂ ਹੱਥ ਕੇ ਮੱਖਾ ਚਾਰੇ ਮੰਨੇ ਪ੍ਰਵੰਨੇ ਨੇ, ਕੋਈ ਖੜ ਕੇ ਕੋਈ ਬੈਠ ਕੇ ਕਬੱਡੀ ਦਾ ਪ੍ਰੇਮੀ ਤੱਕ ਰਿਹਾ, ਅੱਗੇ ਵੱਧ ਕੇ ਕੀਤਾ ਹਮਲਾ। ਇਹ ਆ ਲੱਖਾ ਚੀਮਿਆਂ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਤੇ ਪੁਆਇੰਟ ਧਾਵੀ ਦੇ ਹਿੱਸੇ ਚੱਲ ਵੀ ਸ਼ੰਕਰ ਸਿਆ। ਆ ਮੁੰਡੇ ਦਾ ਸਟਾਈਲ ਕਾਰੀ ਸਾਰੀ ਦੇ ਕਾਕੇ ਵਰਗਾ ਹੈ, ਮਲਸੀਆਂ ਦੇ ਕੁਲਜੀਤੇ ਵਰਗਾ ਹੈ, ਉਟਾਲਾਂ ਦੇ ਲਾਡੀ ਵਰਗਾ ਹੈ। ਸੋ ਅਗਲੀ ਗੱਲ ਅਮਰੀਕ ਕਰੂਗਾ ਵੀ ਹੋਰ ਕਿਹਦਾ ਸਟਾਈਲ ਇਹੋ ਜਿਹਾ। ਲਓ ਸਾਹਮਣੇ ਕਹਿੰਦੇ ਦੁਨੀਆ ਦੇ ਅੰਦਾਜ਼ ਵੱਖਰੇ ਨੇ, ਸਟਾਈਲ ਵੱਖਰੇ ਨੇ, ਲਓ ਕਹਿੰਦੇ ਪਿਆਰ ਵੱਖਰਾ ਮੁਹੱਬਤ ਵੱਖਰੀ, ਪਰਾ ਦੇਖਾਂਗੇ ਲੇਖ ਵੱਖਰੇ, ਤਕਦੀਰਾਂ ਵੱਖੋ ਵੱਖਰੀਆਂ। ਲਓ ਕੀਤੀ ਟਰਾਈ ਲੱਗਦਾ ਜ਼ੋਰ, ਲਓ ਨਵਜੋਤ ਸਿੰਘ ਸ਼ੰਕਰ ਕਹਿੰਦੇ ਫਸ ਗਿਆ ਕਸੂਤਾ ਮੇਰੇ ਮਿੱਤਰੋ, ਲਓ ਮੁੰਡੇ ਦੇ ਕਹਿੰਦੇ ਬਸ ਕਰਾ ਕੇ ਛੱਡੀ ਹੈ, ਬਸ ਕਰਾ ਕੇ ਛੱਡੀ ਹੈ। ਬਹੁਤ ਹੀ ਸਤਿਕਾਰਯੋਗ ਜਥੇਦਾਰ ਗੁਰੂ ਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ, MLA ਹਲਕਾ ਨਕੋਦਰ ਸਾਡੇ ਕੋਲ ਪੁੱਜੇ ਨੇ, ਕਮਲਜੀਤ ਸਿੰਘ ਜੀ ਨੀਟੂ ਕਾਂਗੜਾ ਦੇ ਨਾਲ, ਹਰਪ੍ਰੀਤ ਡਿੰਪੀ ਉਹਨਾਂ ਦੇ ਨਾਲ, ਵੱਡੇ ਪਿਆਰ ਨੇ। ਸਾਹ ਲਸ਼ਕਰ ਸਿੰਘ ਜੀ ਵਿਸ਼ੇਸ਼ ਤੌਰ ਤੇ ਇਸਤਕਬਾਲ ਕਰ ਰਹੇ ਨੇ, ਜੀਆਂ ਨੂੰ ਆਖ ਰਹੇ ਨੇ, ਬਹੁਤ ਹੀ ਸਤਿਕਾਰਯੋਗ ਜਥੇਦਾਰ ਗੁਰੂ ਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ। ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਜੀ ਨੇ ਇੱਕ ਆਪਣੇ ਦਿਮਾਗ ਦੀ ਕਾਢ, ਲੋਕਾਂ ਦੀ ਮੰਗ ਦੇ ਨਾਲ ਇੱਕ ਮੰਗ ਸ਼ੁਰੂ ਕੀਤੀ, ਸੰਘਰਸ਼ ਸ਼ੁਰੂ ਕੀਤਾ। ਕਹਿੰਦੇ ਜੇ ਮੰਜ਼ਿਲ ਨੇਕ ਹੋਵੇ ਤੇ ਇੱਕ ਦਿਨ ਬੰਦਾ ਜ਼ਰੂਰ ਪੁੱਜਦਾ ਹੈ, ਵੀ ਕਰਤਾਰਪੁਰ ਜਿਹੜਾ ਲਾਂਘਾ ਹੈ ਉਹ ਕੋਰੀਡੋਰ ਬਣਨਾ ਚਾਹੀਦਾ ਹੈ। ਜਥੇਦਾਰ ਕੁਲਦੀਪ ਸਿੰਘ ਜੀ ਤਾਂ ਸਾਡੇ ਦਰਮਿਆਨ ਨਹੀਂ ਰਹੇ, ਪਰ ਉਹ ਕੋਰੀਡੋਰ ਜੋ ਹੈ ਉਹ ਬਣਨ ਜਾ ਰਿਹਾ ਹੈ। ਸ਼ਰਧਾਂਜਲੀ ਹੈ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਸਾਹਿਬ ਵਾਲਾ ਨੂੰ, ਵਡਾਲਾ ਪਰਿਵਾਰ ਨੂੰ, ਪਰ ਉਹਨਾਂ ਦੀ ਕੀਤੀ ਹੋਈ ਸ਼ੁਰੂਆਤ ਜਿਹੜੀ ਹੈ ਅੱਜ ਉਸ ਨੂੰ ਬੂਰ ਪਿਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਮਰਾਨ ਖਾਨ ਜੀ ਜੋ ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ, ਤੇ ਨਵਜੋਤ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਬੇਸ਼ੱਕ ਪਾਰਟੀਆਂ ਵੱਖ ਨੇ, ਪਰ ਕ੍ਰੈਡਿਟ ਉਹਨਾਂ ਨੂੰ ਹੈ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਤੇ ਜਿਨ੍ਹਾਂ ਦੇ ਕਾਰਜ ਨੇਪਰੇ ਚਾੜੇ। ਸੋ ਉੱਗੀ ਪਿੰਡ ਦੇ ਵਿੱਚ ਜਿੰਨੇ ਵੀ ਕਬੱਡੀ ਦੇ ਪ੍ਰੇਮੀ ਪੁੱਜੇ ਨੇ, ਇਹਨਾਂ ਸਾਰਿਆਂ ਵੱਲੋਂ ਵਡਾਲਾ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਲਓ ਮੈਦਾਨ ਦੀ ਗੱਲ, ਖੇਡ ਕਬੱਡੀ ਦੀ ਗੱਲ, ਕਿੱਡੀ ਮਾਣ ਦੀ ਗੱਲ ਹੈ। ਮੱਖਣ ਵਾਲੀ ਜੀ ਨੇ ਗੱਲ ਕਹਿ ਵੀ ਦਿੱਤੀ ਤੇ ਲਾ ਵੀ ਟਿਕਾਣੇ ਦਿੱਤੀ, ਉਧਰ ਇਮਰਾਨ ਦੀ ਗੱਲ, ਉਧਰ ਨਵਜੋਤ ਸਿੱਧੂ ਦੀ ਗੱਲ, ਕੰਮ ਤੇ ਕਿੱਥੇ ਨਾ ਕਿੱਥੇ ਖਿਡਾਰੀ ਉਹ ਪਲੇਅਰ ਕਹਿੰਦੇ ਕਾਢਾ ਕੱਢ ਗਏ, ਪਰ ਇੱਧਰ ਸਾਡੇ ਸਤਿਕਾਰ ਦੇ ਯੋਗ ਨੇ ਵਡਾਲਾ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਆ ਨਕੋਦਰ। ਪਰ ਅੱਜ ਉਹ ਕਹਿੰਦੇ ਵੀ ਕੋਈ ਮੰਤਰੀ ਬਣ ਕੇ, ਕੋਈ ਹੋਰ ਬਣ ਕੇ ਨਹੀਂ, ਅੱਜ ਉਹ ਭਰਾ ਬਣ ਕੇ ਭਰਾਵਾਂ ਦੇ ਮੇਲੇ ਤੇ ਪੁੱਜੇ ਆ। ਸਾਨੂੰ ਇੱਕ ਮਾਣ ਹੋਣਾ ਚਾਹੀਦਾ, ਮਿਹਰ ਕਰੇ ਪਰਮਾਤਮਾ ਸਾਡੀਆਂ ਦੁਆਵਾਂ ਨੇ। ਮੱਖੇ ਵਾਲੀ ਜੀ ਟਿੱਕਾ ਬਾਈ ਕੋਲ ਬੈਠਾ ਹੈ, ਮੈਂ ਡਰਦੇ ਡਰਦੇ ਨੇ ਪੁੱਛ ਤੇ ਲਿਆ ਦਲਸਾਦ ਨੂੰ ਵੀ ਪੁੱਛ ਕੇ ਉਹਨਾਂ ਟਾਈਮਾਂ ਦੇ ਵਿੱਚ ਤੇ ਕਲੀਨ ਸ਼ੇਪ ਸਨ, ਭੁਲੇਖਾ ਦੇ ਪੈਰਿਆਂ ਦੀ ਟਿੱਕਾ ਬਾਈ ਬੈਠਾ ਹੈ। ਤੇ ਅੱਜ ਰੂਹ ਖਿੜ ਗਈ ਵੀ ਟਿੱਕੇ ਤਲਵੰਡੀ ਚੌਧਰੀਆਂ ਵਾਲੇ ਦੇ ਦਰਸ਼ਨ ਹੋ ਗਏ। ਉਦੋਂ ਅਸੀਂ ਨਿੱਕੇ ਨਿੱਕੇ ਸਾਂ ਜਦੋਂ ਮੱਖੇ ਵਾਲੀ ਜੀ ਬੋਲਦੇ ਸਨ ਵੀ ਬਾਬੇ ਭਗਤ ਸਿੰਘ ਪਟਵਾਰੀ ਨੂੰ ਵੱਡਾ ਮਾਣ, ਉਹ ਧਰਤੀ ਤਲਵੰਡੀ ਚੌਧਰੀਆਂ ਦੀ, ਕਿਤੇ ਓਦਾਂ ਦੀ ਗੱਲ ਅੱਜ ਫੇਰ ਹੋ ਜਾਵੇ, ਟਿੱਕੇ ਦੀ ਗੱਲ ਚੱਲੇ ਤੇ ਦੁਨੀਆਂ ਨੂੰ ਪਤਾ ਲੱਗ ਜਾਵੇ ਵੀ ਉਹੀ ਟਿੱਕਾ ਸਾਡੇ ਦਰਮਿਆਨ ਆਇਆ ਹੋਇਆ। ਲਓ ਕਹਿੰਦੇ ਰੇਸ਼ਮਲੀ ਰੇਡ, ਮੱਖਣ ਜੀ ਚੰਦ ਸ਼ਬਦ ਜਿਹੜੇ ਜ਼ਰੂਰ ਹੋਣਗੇ ਟਿੱਕੇ ਦੇ ਲਈ। ਜਾਮਾ ਰਾਏ ਵਾਲਾ ਰੇਸ਼ਮ ਅਗਲੀ ਕਬੱਡੀ ਮੈਦਾਨ ਦੇ ਵਿੱਚ, ਕਿ ਬਿੱਕਾ ਤਲਵੰਡੀ ਪੰਮਾ ਮੰਗੂਪੁਰ ਦਾ ਲੈਂਦੇ ਸੀਗੇ, ਅੰਕ ਦੇ ਪਿੱਛੇ ਸੀ ਘੱਟਾ ਉੜਦਾ। 2005 ਦੇ ਵਿੱਚ ਗੱਲਾਂ ਹੋਈਆਂ, ਉਹਦੇ ਪੰਡੋਰੀ ਵਾਲੇ ਨਿੱਕੂ ਦੀਆਂ ਗੱਲਾਂ ਹੋਈਆਂ, ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਸਿੱਧਵਾਂ ਵਾਲੇ ਲੱਡੂ ਦੀ ਛਾਲ ਮਸ਼ਹੂਰ ਰਹੀ, ਕਦੇ ਸੁਖਮਨ ਚੋਹਲਾ ਸਾਹਿਬ ਦੀ ਗੱਲ ਔਰ ਕੈਨੇਡਾ ਦੇ ਵਿੱਚ ਕਹਿੰਦੇ ਗੱਲਾਂ ਹੋਈਆਂ, ਕਦੇ ਸੁਰਖਮਰੀਏ ਦੁੱਲੇ ਦੀਆਂ, ਤੂਤਾਂ ਦੇ ਗੁਰਜੀਤ ਦੀਆਂ, ਬ੍ਰਹਮ ਵਾਲੀਆਂ ਸੋਨੂੰ ਜੱਪ ਦੀਆਂ, ਕਾਰੀ ਸਾਰੀ ਦੇ ਕਾਕੇ ਦੀਆਂ, ਨਾ ਦੁਨੀਆਂ ਦੇ ਮੰਨੇ ਪ੍ਰਮੰਨੇ ਕਬੱਡੀ ਖਿਡਾਰੀ। ਲੱਲੀਆਂ ਦਾ ਸੰਦੀਪ ਮੈਂ ਬਣ ਜਾ, ਜਾਂ ਬਣ ਜਾ ਕਾਕਾ ਕਾਰੀ ਸਾਰੀ, ਜਾਂ ਬਿਹਾਰੀਪੁਰ ਦੇ ਕਿੰਦੂ ਵਾਂਗੂ ਹੋ ਜਾਏ ਕੇ ਪਿਆਰੀ, ਦੁੱਲੇ ਸੰਦੀਪ ਜੱਸੇ ਸੁਖੀ ਵਾਂਗੂ, ਮੇਰਾ ਨਾਂ ਕਿਵੇਂ ਹੋ ਜਾਏ ਗੁਰਲਾਲ ਵਾਂਗ, ਪੱਟਾਂ ਦੀ ਹੋਏ ਤਿਆਰੀ, ਮੰਗੀ ਬਿੱਟੂ ਪਾਲੇ ਗੋਗੋ, ਸੁੱਖੇ ਭਲਵਾਨ ਵਾਂਗੂ ਕਿਤੇ ਲੱਗ ਜਾਣ ਜੱਫੇ, ਜਾਂ ਕੁਲਜੀਤੇ ਵਾਂਗੂ ਮਿਲੇ ਸਫਾਰੀ, ਲੱਲੀਆਂ ਦਾ ਸੰਦੀਪ ਮੈਂ ਬਣ ਜਾ, ਜਾਂ ਬਣ ਜਾ ਕਾਕਾ ਕਾਰੀ ਸਾਰੀ, ਜਾਂ ਬਿਹਾਰੀਪੁਰ ਦੇ ਕਿੰਦੂ ਵਾਂਗੂ ਹੋ ਜਾਏ ਗੇਮ ਪਿਆਰੀ, ਜਾਂ ਬਿਹਾਰੀਪੁਰ ਦੇ ਕਿੰਦੂ ਵਾਂਗੂ ਹੋ ਜਾਏ ਗੇਮ ਪਿਆਰੀ। ਨੀਟੂ ਪੱਗ ਜੀ ਆਏ ਆ, ਕਿਉਂਕਿ ਪਿੱਕੇ ਦੀ ਗੱਲ ਚੱਲੀ ਤੇ ਨੀਟੂ ਭਾਈ ਕਹਿੰਦੇ ਅਮਰੀਕਾ ਅੱਜ ਸਾਰਿਆਂ ਦਾ ਵੱਡਾ ਸਨਮਾਨ ਕਰਨਾ, ਕੀ ਨਵੇਂ ਕੀ ਪਲ ਪੁਰਾਣੇ, ਉਹ ਅੱਜ ਸਾਰੇ ਆਪਣੇ ਬੱਚੇ ਆਏ, ਉਹ ਭਰਾ ਆਪਣੇ ਛੋਟੇ ਵੀਰ ਆਏ ਆ, ਆਪਾਂ ਅੱਜ ਸਾਰਿਆਂ ਦਾ ਸਨਮਾਨ ਜਿਹੜਾ ਉਹ ਵਿਸ਼ੇਸ਼ ਤੌਰ ਤੇ ਕਰ ਰਿਹਾ। ਮੈਂ ਲੱਕੀ ਕੁਰਾਲੀ ਜੀ ਦਾ ਵੀ ਧੰਨਵਾਦ ਕਰਾਂਗਾ, ਉਹਨਾਂ ਦਾ ਇੱਕ ਸੁਪਨਾ ਸੀਗਾ ਤੇ ਉਹ ਸੁਪਨਾ ਪੂਰਾ ਹੋ ਗਿਆ, ਜਿਹੜੀ ਲਿਫਟ ਹੈ ਉਹ ਕੋਚਾਂ ਨੂੰ ਦੇ ਦਿੱਤੀ ਗਈ ਹੈ ਵੀ
ਕਿੰਨਾ ਖਿਡਾਰੀਆਂ ਨੇ ਕਿੱਦਾਂ ਦੇ ਕੰਮ ਕੀਤੇ। ਲੱਕੀ ਕੁਰਾਲੀ ਜੀ ਦਾ ਇੱਕ ਸੁਪਨਾ ਜਿਹੜਾ ਉਹਨਾਂ ਨੇ ਦੇਖਿਆ, ਉਹ ਸੁਪਨਾ ਅੱਜ ਪੂਰਾ ਹੋ ਗਿਆ। ਆਪਾਂ ਦਿਲੋਂ ਧੰਨਵਾਦ ਕਰਾਂਗੇ ਕਿਉਂਕਿ ਸੋਚ ਸੋਚੀ ਸੀ ਪਰਮਾਤਮਾ ਨੇ ਕਹਿੰਦੇ ਸੁਣ ਲਈ ਹੈ। ਜਿਹਦੇ ਨਾਂ ਤੇ ਰਾਜਾ ਧਰ ਗਏ ਸੀ ਲੱਕੀ ਭਾਜੀ ਦੇ, ਤੇ ਲੱਕੀ ਭਾਜੀ ਮੇਰੇ ਮਨ ਦੇ ਵਿੱਚ ਇੱਕ ਮਜ਼ਾਕ ਸੀਗਾ ਵੀ ਇਹ ਨਹੀਂ ਪੂਰਾ ਹੋ ਸਕਦਾ, ਪਰ ਲੱਕੀ ਅੱਜ ਖੁਸ਼ ਹੈ ਕਿ ਕੋਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ, ਬਿਨਾਂ ਕੁਛ ਕੀਤੇ ਜੈ ਜੈਕਾਰ ਨਹੀਂ ਹੁੰਦੀ। ਲਓ ਕਰੋ ਗੱਲ ਮੱਖਣ ਜੀ, ਜੱਫਾ ਲੱਗ ਗਿਆ ਕਰਾਰਾ, ਇਧਰ ਚੋਰਾ ਫੜ ਲਿਆ ਤੇ ਕਰੋ ਗੱਲ ਮੁੰਡੇ ਦੀ। ਲਓ ਜੋਧਾ ਰੱਖਿਆ ਜਾਓ ਕਿ ਘਾਸ ਪਿੰਡ ਵਾਲਾ ਜੋਧਾ, ਜਿਵੇਂ ਅਮਰੀਕ ਨੇ ਆਖਿਆ ਵੀ ਬੜੇ ਗਰੀਬ ਪਰਿਵਾਰ ਦੇ ਵਿੱਚ ਉੱਠ ਕੇ ਇਸ ਨੌਜਵਾਨ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਬੜਾ ਟੌਪ ਦਾ ਖਿਡਾਰੀ ਬਣਿਆ। ਘਾਸ ਪਿੰਡ ਵਾਲਾ ਯੋਧਾ ਗੁਰਦਾਸਪੁਰੀ ਹੈ, ਯੋਧਾ ਖੇਡ ਕਬੱਡੀ ਦਾ ਸ਼ਿੰਦਰ ਉਹਨਾਂ ਦਾ ਵੀ ਧੰਨਵਾਦ ਹੈ, ਰੀਟੂ ਕੰਗੂੜਾ ਦੇ ਨਾਲ ਜਿਹਨਾਂ ਦੇ ਵੱਡੇ ਪਿਆਰ ਨੇ ਲੰਮੇ ਸਮੇਂ ਤੋਂ ਇਸ ਕਬੱਡੀ ਕੱਪ ਨੂੰ ਕਰਾਉਣ ਦੇ ਵਾਸਤੇ ਸਾਰਿਆਂ ਦੇ ਵੱਡੇ ਰੋਲ ਨੇ। ਲਓ ਕਬੱਡੀ ਮੈਦਾਨ ਦੇ ਨਾਲ ਫਿਰ ਜੁੜੀਏ, ਅਗਲੀ ਪੈਂਦੀ ਫਿਰ ਰੇਡ ਕੀਤਾ ਗਿਆ ਹਮਲਾ ਇਸ ਖਿਡਾਰੀ ਦਾ, ਖੁਸ਼ ਅਠਵਾਲ ਡੱਕਣ ਦੀ ਕੋਸ਼ਿਸ਼ ਕਰਦਾ ਗੁਰਦਾਸਪੁਰੀ ਹੈ। ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਮਾਝੇ ਦੀ ਟੀਮ, ਇਹਦੇ ਨਾਲ ਹੀ ਜਿੱਤਾਂ ਹਾਰਾਂ ਦੇ ਫੈਸਲੇ ਮੈਚ ਦੀ ਸਮਾਪਤੀ ਹੈ। ਆ ਵੀ ਨੌਜਵਾਨਾਂ ਭੱਜ ਕੇ ਦੱਸਾਂ ਕਦ ਵੀਰੋ ਆਪਾਂ ਸਾਂਝਾ ਕਰੀਏ ਕਬੱਡੀ ਦੇ ਪ੍ਰੇਮੀਆਂ ਦੇ ਨਾਲ। ਉੱਧਰ ਭੀਖੀ ਵਾਲੇ ਜਾਫੀ ਦੇ ਲਈ ਵੱਡੇ ਮਾਣ ਜਿਹੜੇ ਪੁੱਜੇ ਆਏ ਸ਼ਿੰਦਾ ਅਚਰਵਾਲ ਜੀ, ਬਾਜ ਕੌਕੇ ਤੇ ਰਾਜ ਪੱਤਣੀ, ਉਹਨਾਂ ਵੱਲੋਂ ਵੱਡੇ ਮਾਣ ਨੇ ਭੀਖੀ ਵਾਲੇ ਮੁੰਡੇ ਦੇ ਲਈ 1000 ਰੁਪਇਆ ਤੁਹਾਡੀ ਟੀਮ ਦਾ ਹੈ ਟਿੱਕਾ ਜੀ।